ਸਿਆਸਤ ਵਪਾਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਡੈਨਿਕ ਸਵੇਰਾ ਟਾਈਮਸ ਕੋਵਿਡ 19 ਤੋਂ ਪ੍ਰਭਾਵਿਤ ਕਾਫੀ ਖਬਰਾਂ ਸਾਹਮਣੇ ਆ ਰਹੀਆਂ ਨੇ ਮਰੀਜ਼ਾਂ ਦਾ ਇਜਾਫਾ ਹੁੰਦਾ ਜਾ ਰਿਹਾ ਹੈ ਗਿਣਤੀ ਵੱਧਦੀ ਜਾ ਰਹੀ ਹੈ ਪਰ ਇਨਾਂ ਮਾੜੀਆਂ ਖਬਰਾਂ ਦੇ ਵਿੱਚ ਇੱਕ ਚੰਗੀ ਖਬਰ ਅੱਜ ਦੀ ਇਹ ਵੀ ਹੈ ਕਿ ਜਲੰਧਰ ਦੇ ਦੀਪਨਗਰ ਦੇ ਵਿੱਚ ਪੁਲਿਸ ਪ੍ਰਸ਼ਾਸਨ ਇੱਕ ਐਸੇ ਪਰਿਵਾਰ ਕੋਲ ਪਹੁੰਚਿਆ ਹੈ ਜਿਨ੍ਹਾਂ ਦੀ ਅੱਜ ਮੈਰਿਜ ਐਨੀਵਰਸਰੀ ਹੈ ਤੇ ਇਹ ਲੋਕ ਉਹਨਾਂ ਨੂੰ ਖੁਦ ਆਪ ਕੇਕ ਦੇਣ ਆਏ ਸੀ ਆਹ ਗੱਲਬਾਤ ਕਰਦੇ ਆ ਰਾਮਪਾਲ ਜੀ ਨਾਲ ਤੇ ਇਸ ਪਰਿਵਾਰ ਦੇ ਨਾਲ ਪਹਿਲਾਂ ਤੇ ਸਭ ਤੋਂ ਪਹਿਲਾਂ ਰਾਮਪਾਲ ਜੀ ਇਹ ਦੱਸੋ ਕਿ ਤੁਹਾਨੂੰ ਇਤਲਾਹ ਕਿੱਦਾਂ ਮਿਲੀ ਤੇ ਕੀ ਆਈਡੀਆ ਆਇਆ ਕਿ ਤੁਸੀਂ ਇਹ ਕੇਕ ਆਪ ਲੈ ਕੇ ਆਏ ਹੋ ਪਤਾ ਲੱਗਾ ਸੀ ਵੀ ਦੀਪਨਗਰ 'ਚ ਇੱਕ ਦਰਜਾ ਚਾਰ ਜਿਹੜਾ सुरेंद्र ਤੇ ਪੂਨਮ ਰਹਿੰਦੇ ਆ ਉਹਨਾਂ ਦੀ ਅੱਜ 22ਵੀਂ ਮੈਰਿਜ ਅਨਿਵਰਸਰੀ ਸੀ ਇਹ ਅਸੀਂ ਇਸ ਸੈਲੀਬ੍ਰੇਟ ਕਰਨ ਲਈ ਆਏ ਆ ਨਾ ਜੋ ਲੋਕੀ ਘਰਾਂ ਚ ਬੰਦੇ ਆ ਇਹ ਆਪਣੇ ਆਪ ਨੂੰ ਕੋਈ ਵੀ ਇਦਾਂ ਦਾ ਆਪਣੇ ਮਹਿਸੂਸ ਨਾ ਕਰਨ ਤੇ ਆਪਣੀ ਇਸ ਖੁਸ਼ੀ ਨੂੰ ਕਰਦੇ ਆ ਦੇ ਨਾਲ ਮਨਾ ਸਕਣ ਸੋ ਸਰ ਕੀ ਨਾਮ ਹੈ ਤੁਹਾਡਾ ਸਰ ਨਾਮ ਮੇਰਾ ਨਾ सुरेंद्र ਕੁਮਾਰ ਹੈ ਜੀ ਤੇ ਕਦੀ ਸੋਚਿਆ ਸੀਗਾ ਤੁਸੀਂ ਕਿ ਲੋਕਡਾਊਨ ਦੇ ਇਹਨਾਂ ਦਿਨਾਂ ਦੇ ਵਿੱਚ 커ਫਿਊ ਦੇ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਆਪਣੀ ਅਨਿਵਰਸਰੀ ਨੂੰ ਇਸ ਤਰੀਕੇ ਦੇ ਨਾਲ ਸੈਲੀਬ੍ਰੇਟ ਕਰ ਪਾਓਗੇ ਨਹੀਂ ਸਰ ਤੇ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਇਹ ਸਰਪ੍ਰਾਈਜ਼ ਬਾਰੇ ਤੁਹਾਡਾ ਕੀ ਕਹਿਣਾ ਹੈ ਸਰ ਬਹੁਤ ਬਹੁਤ ਧੰਨਵਾਦ ਪ੍ਰਸ਼ਾਸਨ ਦਾ ਜੀ ਜੋ ਮੇਰਾ ਇਹ ਬਣਾ ਰਹੇ ਜੀ ਤੇ ਆਖਰੀ ਗੱਲਬਾਤ ਅਸੀਂ ਮੈਮ ਦੇ ਨਾਲ ਜ਼ਰੂਰ ਕਰਾਂਗੇ ਕੀ ਨਾਮ ਹੈ ਮੈਮ ਤੁਹਾਡਾ ਪੂਨਮ ਪੂਨਮ ਤੇ ਮੈਮ ਕਿੱਦਾਂ ਦਾ ਮਹਿਸੂਸ ਹੋ ਰਿਹਾ ਹੈ ਇਸ ਵੇਲੇ ਅੱਛਾ ਲੱਗ ਰਿਹਾ ਕਿ ਸੋਚਾ ਆਪ ਲੋਕਾਂ ਨੇ ਮਾਰਾ ਬਹੁਤ ਅੱਛਾ ਲੱਗ ਰਿਹਾ ਧੰਨਵਾਦ ਬਹੁਤ ਬਹੁਤ ਤੇ ਤੁਹਾਡੇ ਵਿੱਚੋਂ ਇਨਫੋਰਮੇਸ਼ਨ ਕੀ ਬੱਚਿਆਂ ਨੇ ਦਿੱਤੀ ਸੀ ਜਾਂ ਉਹਨਾਂ ਨੂੰ ਆਪਣੇ ਆਪ ਪਤਾ ਲੱਗ ਗਿਆ ਇਹ ਬੱਚਿਆਂ ਨੂੰ ਪਤਾ ਸਾਰਾ ਸੋ ਮਤਲਬ ਇਹਾ ਤੇ ਬੱਚਿਆ ਨਹੀਂ ਆਸਪੜੋਸ ਦੇ ਕਿਸੇ ਐਸੇ ਮੈਂਬਰ ਨੇ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਨੂੰ ਇਤਲਾਹ ਦਿੱਤੀ ਕਿ ਅੱਜ ਇਹਨਾਂ ਦੀ ਮੈਰਿਜ ਐਨੀਵਰਸਰੀ ਹੈ 22 ਮੈਰਿਜ ਐਨੀਵਰਸਰੀ ਹੈ ਜਿਸ ਨੂੰ ਇਹ ਸੈਲੀਬ੍ਰੇਟ ਨਹੀਂ ਕਰ ਪਾਣਗੇ ਪਰ ਪ੍ਰਸ਼ਾਸਨ ਜਿੱਥੇ ਪੂਰੀ ਸ਼ਕਤੀ ਨਿਭਾਰਿਆ ਉੱਥੇ ਲੋਕਾਂ ਦੀ ਮਜਬੂਰੀ ਨੂੰ ਸਮਝਦਿਆ ਹੋਇਆ ਲੋਕਾਂ ਨੂੰ ਖੁਸ਼ ਕਰਨਾ ਵੀ ਜਾਣਦਾ ਹੈ ਤੇ ਅੱਜ ਖੁਦ ਪ੍ਰਸ਼ਾਸਨ ਇਹਨਾਂ ਲਈ ਆਪ ਕੇਕ ਲੈ ਕੇ ਪਹੁੰਚਿਆ ਇਹਨਾਂ ਦੇ ਘਰ ਦੀਪਨਗਰ ਦੇ ਵਿੱਚ ਕੈਮਰਾਮੈਨ ਜਤਿਨ ਰਾਜਪੂਤ ਦੇ ਨਾਲ ਮਨਰਾਜਦੀਪ ਚੱਠਾ ਜਲੰਧਰ ਤੋਂ